ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਤੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਗੱਲ ਹੈ ਕਿ ਪਹਿਲੀ ਫਿਲਮ ਦੇ ਵਿੱਚ ਅੱਜ ਜਿਨ੍ਹਾਂ ਨੂੰ ਕਦੀ ਪੜ੍ਹਦੇ ਤੇ ਦੇਖਿਆ ਕਰਦਾ ਸੀਗਾ, ਸਾਡੇ ਬਹੁਤ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਮੰਨੀਆਂ ਮੰਨੀਆਂ ਜਿਹੜੀਆਂ ਹਸਤੀਆਂ ਹਨ, ਜਿਨ੍ਹਾਂ ਨੂੰ ਥੰਮ ਕਿਹਾ ਜਾ ਸਕਦਾ ਪੰਜਾਬ ਦੇ ਪੰਜਾਬੀ ਇੰਡਸਟਰੀ ਦੇ, ਸਾਡੇ ਭਾਅ ਜੀ ਜੋਗਰਾਜ ਜੀ, ਗੂਗਲ ਸਾਹਿਬ, ਅੱਜ ਉਹਨਾਂ ਦੇ ਨਾਲ ਬੈਠ ਕੇ ਮੀਡੀਆ ਕਾਨਫਰੰਸ ਦੇ ਵਿੱਚ ਮੈਂ ਬੜਾ ਹੀ ਫਖਰ ਮਹਿਸੂਸ ਕਰਦਾ ਹਾਂ ਔਰ ਇਸ ਚੀਜ਼ ਦਾ ਵੀ ਬਹੁਤ ਮਹਿਸੂਸ ਕਰਦੇ ਹਾਂ ਫਖਰ ਕਿ ਮੇਰੀ ਟੀਮ ਦੇ ਵਿੱਚ ਅੱਜ ਸਾਡੀ ਪੰਜਾਬੀ ਇੰਡਸਟਰੀ ਦੇ ਜੋ ਥੰਮ ਆ ਉਹਨਾਂ ਨੂੰ ਲੈ ਕੇ ਅਸੀਂ ਚੱਲੇ ਹਾਂ। ਅਤੇ ਮੈਨੂੰ ਬਿਲਕੁਲ ਵੀ ਕੋਈ ਚਿੰਤਾ ਨਹੀਂ ਕਿ ਅਸੀਂ ਕਿਸੇ ਪਾਸਿਓਂ ਵੀ ਮਾਰ ਖਾਵਾਂਗੇ। ਬਾਕੀ ਦੀ ਟੀਮ ਬਹੁਤ ਜ਼ਬਰਦਸਤ ਆ ਸਾਡੀ, ਮੈਂਡੀ ਤੱਖਰ ਸਾਹਿਬ ਅਤੇ ਸਾਡੀ ਬਹੁਤ ਹੀ ਹੋਣਹਾਰ ਲੜਕੀ ਅੰਕਲ ਕਹਿੰਦੀ ਆ ਮੈਨੂੰ ਮਨਜੋਤ, ਬੇਟਾ ਵਿਕਰਮ ਬਾਲ, ਕਾਫ਼ੀ ਬਿਹਾਈਂਡ ਇਹਨਾਂ ਦੇ ਐਕਸਪੀਰੀਅੰਸ ਹੈਗਾ ਡਾਇਰੈਕਸ਼ਨ ਦੇ ਵਿੱਚ। ਕੋਈ ਇਹੋ ਜਿਹੀ ਗੱਲ ਨਹੀਂ ਕਿ ਇਸ ਇੰਡਸਟਰੀ ਦੀ ਨਵੀਂ ਹੈਗੀ ਆ, ਬਹੁਤ ਸ਼ੋਰਟ ਫਿਲਮ ਬਣਾਈਆਂ, ਬੜੇ ਤਕੜੇ ਰਾਈਟਰ ਹੈਗੇ ਆ ਔਰ ਮੈਂ ਤਾਂ ਯਕੀਨ ਹੀ ਨਹੀਂ ਆ ਰਿਹਾ ਕਿ ਮੇਰਾ ਬੇਟਾ ਕੈਨੇਡਾ ਦੇ ਵਿੱਚ ਜੰਮ ਕੇ ਐਡੀ ਵਧੀਆ ਮੱਲਾਂ ਮਾਰੂਗਾ। ਅਤੇ ਸੋ ਐਮ ਪ੍ਰਾਊਡ ਆਫ ਇਟ ਮਨਜਿੰਦਰ, ਅਤੇ ਬਹੁਤ ਐਕਸਪੀਰੀਅੰਸ ਇਹਦੇ ਕੋਲ ਵੀ। ਹੋਰ ਸਾਡੀ ਟੀਮ ਦੇ ਬੜੇ ਕਲਾਕਾਰ ਹੈਗੇ ਆ, ਬੀਐਨਪੀ ਸ਼ਰਮਾ ਸਾਹਿਬ ਅਤੇ ਕਰਮ ਤਰਮੋਲ, ਸਰਦਾਰ ਸੋਹੀ, ਹੋਬੀ ਕਾਲੀਆ, ਕਾਫੀ ਬੜੀ ਸਾਡੀ ਕਾਸਟ ਹੈਗੀ ਆ ਪਰ ਬੜੇ ਸੁਲਝੇ ਹੋਏ ਤਜਰਬੇਕਾਰ ਸਾਰੇ ਜਿਹੜੇ ਕਲਾਕਾਰ ਹੈਗੇ ਆ। ਅਤੇ ਮੈਨੂੰ ਬਹੁਤ ਹੀ ਫੀਲ ਕੰਫਰਟੇਬਲ ਕਰ ਰਿਹਾ ਇਹਨਾਂ ਨਾਲ ਕੰਮ ਕਰਕੇ, ਕਿਉਂਕਿ ਸਾਰੀ ਹੀ ਟੀਮ ਐਕਸਪੀਰੀਅੰਸ ਵਾਲੀ ਆ, ਉਹ ਦਿਲੋਂ ਜਾਨ ਨਾਲ ਕੰਮ ਕਰ ਰਹੀ ਹੈ। ਸੋ ਅਗੇਨ ਤੁਹਾਡਾ ਆਉਣ ਦੇ ਬਹੁਤ ਦਿਲੋਂ ਧੰਨਵਾਦ, ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਡਾ ਸਾਥ ਸਾਨੂੰ ਹਮੇਸ਼ਾ ਰਹੂਗਾ। ਅਤੇ ਯੋਗਰਾਜ ਭਾਅ ਜੀ ਹੋਰਾਂ ਦਾ ਅਤੇ ਗੂਗਲ ਦਾ ਸਾਡੇ ਬੱਚੇ ਦੇ ਹਮੇਸ਼ਾ ਹੱਥ ਰਹੂਗਾ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਸੋ ਮੱਚ ਸਰ। ਔਰ ਸਾਡੇ ਨਾਲ ਇੱਕ ਹੋਰ ਬਹੁਤ ਖੂਬਸੂਰਤ ਸ਼ਖਸੀਅਤ ਹੋਈ ਕਿਉਂਕਿ ਇਸ ਫਿਲਮ ਦਾ ਬਹੁਤ ਇੰਪੋਰਟੈਂਟ ਹਿੱਸਾ ਨੇ, ਮੈਂ ਉਹਨਾਂ ਨੂੰ ਇੰਟਰੋਡਿਊਸ ਕਰਵਾਉਣਾ ਚਾਹੂੰਗੀ। ਅੰਮ੍ਰਿਤ ਔਲਖ ਜੀ ਦਾ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਸੋ ਮੈਂ ਗੁੱਗੂ ਗਿੱਲ ਸਰ ਨੂੰ ਕਹਿਣਾ ਚਾਹੂੰਗੀ ਕਿ ਸਰ ਤੁਸੀਂ ਵੀ ਇਸ ਅੱਜ ਪ੍ਰੋਡਕਸ਼ਨ ਹਾਊਸ ਦੀ ਅਨਾਊਂਸਮੈਂਟ ਕਰ ਰਹੇ ਹਾਂ, ਸੋ ਤੁਹਾਡਾ ਕੀ ਕਹਿਣਾ ਇਸ ਬਾਰੇ? ਸਾਰੇ ਹੈਲੋ, ਜਿੰਨੇ ਵੀ ਇੱਥੇ ਆਏ ਨੇ ਜੀ, ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਫਿਲਮ ਬਾਰੇ ਸਾਰਾ ਕੁਛ ਅਵਤਾਰ ਭਾਅ ਜੀ ਨੇ, ਛੋਟੇ ਵੀਰ ਨੇ, ਪ੍ਰੀਤ ਹਰਪਾਲ ਹੋਰਾਂ ਨੇ ਦੱਸ ਹੀ ਦਿੱਤਾ। ਅਸੀਂ ਯੋਗਰਾਜ ਸਾਹਿਬ ਅਤੇ ਮੈਨੂੰ ਇਹਨਾਂ ਨੇ ਮੌਕਾ ਦਿੱਤਾ, ਅਸੀਂ ਸ਼ੁਕਰਗੁਜ਼ਾਰ ਹਾਂ ਅਵਤਾਰ ਵੀਰ ਜੀ ਦੇ। ਔਰ ਇੱਧਰ ਹੁੰਦਲ ਵੀਰ, ਮਨਜਿੰਦਰ ਹੁੰਦਲ, ਇਹਨਾਂ ਨਾਲ ਪਹਿਲੀ ਦਫ਼ਾ ਕੰਮ ਕਰ ਰਹੇ ਹਾਂ, ਨਵੀਂ ਜਨਰੇਸ਼ਨ ਬਹੁਤ ਅੱਛਾ ਕੰਮ ਕਰ ਰਹੀ ਹੈ, ਅਵਤਾਰ ਜੀ ਦਾ ਬੇਟਾ, ਇਹਨਾਂ ਨਾਲ ਵੀ ਪਹਿਲਾ ਮੌਕਾ ਸਾਡਾ ਕੰਮ ਕਰਨ ਦਾ। ਔਰ ਰੱਬ ਅੱਗੇ ਇਹੋ ਅਰਦਾਸ ਹੈ ਕਿ ਤੌਫੀਕ ਦੇਵੇ ਮਾਲਕ ਕੇ ਅੱਛੇ ਢੰਗ ਨਾਲ ਸਾਰਾ ਕੰਮ ਹੋ ਜਾਵੇ। ਕਹਾਣੀ ਬੜੀ ਅੱਛੀ ਹੈ, ਮੁੰਡਾ ਰਾਜੂ ਬਹੁਤ ਹੀ ਚੰਗਾ ਲਿਖਦਾ ਹੈ ਜਿਨ੍ਹਾਂ ਨੇ ਕਹਾਣੀ ਲਿਖੀ ਹੈ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੈੱਟ 'ਤੇ ਜਾ ਰਹੀ ਹੈ ਫਿਲਮ, ਬਾਕੀ ਤੁਹਾਡਾ ਸਾਥ ਹਮੇਸ਼ਾ ਮਿਲਦਾ ਰਿਹਾ ਔਰ ਉਮੀਦ ਰੱਖਦੇ ਹਾਂ ਅੱਗੇ ਤੋਂ ਵੀ ਤੁਸੀਂ ਸਾਡਾ ਖਿਆਲ ਰੱਖੋਗੇ, ਕਿਉਂਕਿ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਫਿਲਮਾਂ ਨੂੰ ਪ੍ਰਮੋਟ ਕਰਨ ਦੇ ਵਿੱਚ, ਔਰ ਇਸ ਕਰਕੇ ਲੋਕਾਂ ਤੱਕ ਅਸੀਂ ਫਿਲਮਾਂ ਪਹੁੰਚਾ ਸਕਦੇ ਹਾਂ। ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਸਰ।
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਪ੍ਰੈਸ ਜਿੰਨੀ ਵੀ ਆਈ ਹੈ, ਦੀ ਫਾਦਰ ਆਫ ਦੀ ਨੇਸ਼ਨ, ਦੀ ਮਦਰ ਆਫ ਦੀ ਨੇਸ਼ਨ, ਸਤਿਕਾਰਯੋਗ, ਵੈਲਕਮ ਆਲ ਆਫ ਯੂ, ਦ ਗੈਸਟਸ ਐਂਡ ਦ ਬਿਊਟੀਫੁਲ ਪੀਪਲ ਸਿਟਿੰਗ ਐਟ ਦ ਡਾਇਸ। ਜ਼ਿੰਦਗੀ 'ਚ ਇੱਕ ਹਮੇਸ਼ਾ ਹੀ ਖੁਆਬ ਰਿਹਾ ਕਿ ਮੈਂ ਅਤੇ ਵੀਰ ਇਕੱਠੇ ਆਈਏ। ਕਦੇ ਕਦੇ ਮੈਂ ਬੈਠਾ ਸੁਪਨੇ 'ਚ ਦੇਖਦਾ ਹੁੰਦਾ, ਦੋਨੋਂ ਘੋੜੇ 'ਤੇ ਜਾ ਰਹੇ, ਕਦੇ ਕਿਤੇ ਜਾ ਰਹੇ, ਕਿਤੇ ਜਾ ਰਹੇ। ਮੈਂ ਕਿਹਾ ਯਾਰ ਫਿਲਮਾਂ ਦੇ ਵਿੱਚ ਵੀ ਇਸ ਤਰ੍ਹਾਂ ਕਦੇ ਹੋਵੇਗਾ। ਹੋਇਆ 25 ਘੰਟੇ ਦੇ ਵਿੱਚ, ਤੁਸੀਂ ਮੈਨੂੰ ਸਵਾਲ ਪੁੱਛਿਆ ਸੀ, ਮੈਂ ਦੱਸਤਾ ਸੀ। ਫਿਰ ਉਸ ਤੋਂ ਬਾਅਦ ਹੁਣ ਫਿਲਮ ਬਣੀ ਹੈ ਦੁੱਲਾ ਵਹਿਣੀ, ਜਿਹਦੇ ਵਿੱਚ ਅਸੀਂ ਦੋਨੋਂ ਆ ਰਹੇ ਹਾਂ। ਹੁਣ ਬੜਾ ਸਤਿਕਾਰ ਅਤੇ ਬੜੇ ਮਾਣ ਨਾਲ ਮੈਂ ਕਹਿਣਾ ਚਾਹੁੰਦਾ ਅਵਤਾਰ ਭਾਅ ਜੀ ਨੂੰ, ਵਿਕਰਮਜੀਤ ਜੀ ਨੂੰ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਇੰਨੀ ਖੂਬਸੂਰਤ ਕਹਾਣੀ ਰਾਜੂ ਜੀ ਨੇ ਲਿਖੀ ਹੈ। ਮੈਂ ਸਮਝਦਾ ਇੱਕ ਟਰਨਓਵਰ ਪੰਜਾਬੀ ਫਿਲਮਾਂ ਦੇ ਵਿੱਚ ਸਾਰੇ ਕਰਨਾ ਚਾਹੁੰਦੇ ਹੈ। ਜੋ ਮੇਰੇ ਵਿਚਾਰਧਾਰਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਨੂੰ ਲੈ ਕੇ ਫਿਲਮ ਬਣਾਈ ਜਾਏ, ਇਹਨਾਂ ਦੋਨਾਂ ਨੂੰ ਇਕੱਠਾ ਕੀਤਾ ਜਾਏ। ਉਪਰਾਲੇ ਬੜੇ ਹੋਏ, ਹੋ ਰਹੇ ਨੇ, ਹੁਣ ਵੀ ਚਾਹੀਦੇ ਨੇ। ਮੇਰੀ ਇੱਕੋ ਗੱਲ ਸੀ, ਜਦ ਵੀ ਇਹ ਫਿਲਮ ਮੇਰੇ ਕੋਲ ਆਈ ਸੀ ਅਤੇ ਅਸੀਂ ਬੈਠੇ ਸੀ ਸਾਰੇ, ਰਾਜੂ ਜੀ ਮੇਰੇ ਨਾਲ ਬੈਠੇ, ਸਹਿਮਤ ਹੋਣਗੇ ਪ੍ਰੋਡਿਊਸਰ ਸਾਹਿਬ ਵੀ, ਹੁੰਦਲ ਸਾਹਿਬ ਵੀ, ਕਿ ਮੈਂ ਕਿਹਾ ਵੀ ਕਹਾਣੀ ਲਿਖੋ ਅਤੇ ਕਹਾਣੀ ਇਹੋ ਜਿਹੀ ਹੋਵੇ ਜਿਹੜੀ ਲੋਕਾਂ ਨੂੰ, ਜਨਰੇਸ਼ਨ ਨੂੰ, ਪੁਰਾਣਿਆਂ ਨੂੰ, ਨਵਿਆਂ ਨੂੰ ਪਸੰਦ ਆਵੇ। ਬੜੀ ਖੂਬਸੂਰਤ ਕਹਾਣੀ ਲਿਖੀ ਉਹਦੇ ਵਿੱਚ, ਮੈਂ ਵੀ ਬੈਠਿਆ ਸੀ, ਇਹਨਾਂ ਨੇ ਮੇਰੇ ਵਿਚਾਰਧਾਰਾ, ਗੁੱਗੂ ਜੀ ਦਾ ਮੇਰਾ ਟੈਲੀਫੋਨ 'ਤੇ ਗੱਲ ਹੋਈ ਸੀ, ਮੈਨੂੰ ਗੁੱਗੂ ਜੀ ਨੇ ਕਿਹਾ ਸੀ ਵੀ ਆਪਾਂ ਇਹਨੂੰ ਇੱਕ ਚੰਗੀ ਉਪਾਧੀ 'ਤੇ ਲੈ ਕੇ ਜਾਈਏ। ਤਾਂ ਇੱਥੇ ਇਹ ਸਾਰੀ ਟੀਮ ਵਰਕ ਹੁੰਦਾ ਜਦ ਤੁਹਾਨੂੰ ਕਹਾਣੀ ਵੀ ਲਿਖੀ ਜਾਂਦੀ ਹੈ। ਮੇਰਾ ਇਹ ਤਜਰਬਾ ਹੈ ਜ਼ਿੰਦਗੀ ਦੇ ਵਿੱਚ ਕਿ ਜਦ ਵੀ ਤੁਸੀਂ ਕੋਈ ਕਹਾਣੀ ਸੁਣਦੇ ਹੋ ਜਾਂ ਲਿਖਦੇ ਹੋ, ਉਹਦੇ ਵਿੱਚ ਸਾਰੀ ਟੀਮ ਦਾ ਯੋਗਦਾਨ ਹੋਣਾ ਚਾਹੀਦਾ ਹੈ। ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਭਾਗ ਮਿਲਖਾ ਭਾਗ ਦੇ ਬਾਰੇ, ਅਤੇ ਰਕੇਸ਼ ਜੀ ਨਾਲ ਮੇਰੀ ਬੜੀ ਅੱਛੀ ਦੋਸਤੀ ਹੈਗੀ ਹੈ। ਉਹ ਹਮੇਸ਼ਾ ਜਦੋਂ ਫਿਲਮ ਅੱਧੀ ਕੋਈ ਗੱਲ ਕਰਦੇ ਸੀ, ਮੇਰੇ ਨਾਲ ਹਮੇਸ਼ਾ ਡਿਸਕਸ਼ਨ ਕਰਦੇ ਸੀ, ਮੈਨੂੰ ਸਟੋਰੀ ਕਿੱਦਾਂ ਦੀ ਲੱਗਦੀ ਹੈ, ਕਿਵੇਂ ਹੈ। ਮੈਂ ਕਿਹਾ ਜੀ ਤੁਸੀਂ ਬਣਾਓ, ਔਰ ਸਾਰੇ ਬੰਦੇ ਪੈਸੇ ਦੇਣ ਤੋਂ ਇਨਕਾਰ ਕਰ ਗਏ ਸੀ, ਯਾਰ ਤੂੰ ਮਿਲਖਾ ਸਿੰਘ ਨੂੰ ਕੌਣ ਜਾਣਦਾ, ਤੂੰ ਕਿਉਂ ਬਣਾ ਰਿਹਾ। ਪਰ ਬੈਠ ਕੇ ਹਰ ਸੀਨ 'ਤੇ, ਹਰ ਸਟੋਰੀ ਲਾਈਨ 'ਤੇ ਡਿਸਕਸ਼ਨ ਹੁੰਦੀ ਸੀ। ਸੋ ਆਈ ਥਿੰਕ ਬਹੁਤ ਸੋਹਣੀ ਗੱਲ ਹੈ, ਐਡਾ ਖੂਬਸੂਰਤ ਸਬਜੈਕਟ ਹੈਗਾ। ਔਰ ਫਿਰ ਗੁੱਗੂ ਵੀਰ ਨਾਲ ਕੰਮ ਕਰਨ ਦਾ ਜਿਹੜਾ ਮੌਕਾ ਮਿਲਦਾ, ਸਵਾਦ ਹੀ ਕੁਛ ਹੋਰ ਹੈ, ਕਿਉਂਕਿ ਸੈੱਟ ਦੇ ਉੱਤੇ ਲੱਗਦਾ ਹੈ ਵੀ ਹਾਂ ਵੀ ਹੁਣ ਡਾਇਲੋਗ ਬੋਲਣ ਨੂੰ ਦਿਲ ਵੀ ਕਰਦਾ। ਔਰ ਨਵੀਂ ਜਨਰੇਸ਼ਨ, ਅਫਕੋਰਸ ਮੈਂ ਆਪਣੀ ਲਾਈਫ ਦੇ ਵਿੱਚ 3 ਜਨਰੇਸ਼ਨਸ ਹੋ ਗਈਆਂ, 3rd ਜਨਰੇਸ਼ਨ ਦਾ ਕੰਮ ਕਰ ਰਿਹਾ। ਮੈਂ ਹਮੇਸ਼ਾ ਇਵੈਲਿਊਏਸ਼ਨਸ ਕੀਤੀਆਂ ਨੇ ਕਿ ਵੀ ਤੁਸੀਂ ਉਹਨਾਂ ਨੂੰ ਉਹਨਾਂ ਦੇ ਲੈਵਲ 'ਤੇ ਜਾਣਾ ਚਾਹੀਦਾ। ਆਪਾਂ ਨੂੰ ਬੱਚਿਆਂ ਦੀ ਅੱਜ ਕੱਲ੍ਹ ਦੀ ਗੱਲ ਸੁਣਨੀ ਚਾਹੀਦੀ ਹੈ, ਐਂ ਨਹੀਂ ਕਹਿਣਾ ਚਾਹੀਦਾ ਨਹੀਂ ਜੋ ਮੈਂ ਕਰ ਰਿਹਾ ਉਹ ਠੀਕ ਹੈ। ਸੋ ਆਈ ਥਿੰਕ ਫਿਲਮ ਇੰਡਸਟਰੀ ਨੂੰ ਬਹੁਤ ਚਾਰ ਚੰਦ ਲੱਗੇ ਨੇ, ਔਰ ਇੰਡੀਆ ਇਟਸੈਲਫ ਮੈਂ ਸਮਝਦਾ ਇੰਨੀ ਤਰੱਕੀ ਕਰ ਰਿਹਾ ਪੰਜਾਬੀ ਫਿਲਮ ਇੰਡਸਟਰੀ ਨੂੰ ਲੈ ਕੇ, ਇਸ ਦੇਸ਼ ਨੂੰ ਲੈ ਕੇ, ਹੋਰ ਵੀ ਆਪਣੀ ਹਿੰਦੀ ਫਿਲਮ ਇੰਡਸਟਰੀ ਨੂੰ ਲੈ ਕੇ। ਸੋ ਆਈ ਥਿੰਕ ਬੜਾ ਇੱਕ ਕੰਪਟੀਸ਼ਨ, ਹੈਲਦੀ ਕੰਪਟੀਸ਼ਨ ਹੈਗਾ ਜਿਹੜਾ ਚੱਲ ਰਿਹਾ। ਬਸ ਮੇਰੀ ਇੱਕੋ ਗੁਜ਼ਾਰਿਸ਼ ਹੈ ਜ਼ਿੰਦਗੀ ਦੇ ਵਿੱਚ ਕਿ ਜਦ ਵੀ ਚੱਲੀਏ, ਇਕੱਠੇ ਹੋ ਕੇ ਚੱਲੀਏ, ਪ੍ਰੋਡਿਊਸਰਸ ਕੋਈ ਵੀ ਹੋਵੇ, ਕੈਸਾ ਵੀ ਹੋਵੇ, ਉਹਦੀ ਹਮੇਸ਼ਾ ਮਦਦ ਕਰਨੀ ਚਾਹੀਦੀ ਹੈ, ਉਹਨੂੰ ਹਮੇਸ਼ਾ ਜ਼ਿੰਦਾ ਰੱਖਣਾ ਚਾਹੀਦਾ। ਔਰ ਰਾਜੂ ਜੀ ਨਾਲ ਮੈਂ ਜਦ ਫਿਲਮ ਬਾਰੇ ਡਿਸਕਸ ਕਰ ਰਿਹਾ ਸੀ, ਲਿਖ ਰਹੇ ਸੀ, ਅਤੇ ਕਾਫੀ ਗੱਲਾਂ ਇਹਨਾਂ ਨੂੰ ਦੱਸੀਆਂ, ਇਹਨਾਂ ਨੇ ਵਿੱਚ ਪਾਈਆਂ ਹੋਣਗੀਆਂ, ਮੈਨੂੰ ਉਮੀਦ ਹੈ। ਮੈਂ ਇੱਕ ਗੱਲ ਹੋਰ ਬੜਾ ਕਹਿਣਾ ਚਾਹੁੰਦਾ, ਸ਼ਾਇਦ ਇਹ ਗੱਲ ਨੂੰ ਕੋਈ ਹਰ ਬੰਦਾ ਨਜ਼ਰ ਅੰਦਾਜ਼ ਕਰ ਜਾਂਦਾ ਕਿ ਫਿਲਮ ਹਰ ਆਰਟਿਸਟ ਨੂੰ ਸੀਨ ਬਾਏ ਸੀਨ ਸੁਣਨੀ ਚਾਹੀਦੀ ਹੈ। ਮੈਂ ਬੇਟਾ ਜੀ ਆਪਣੇ ਬਾਈ ਜੀ ਦੇ ਕੀ ਨਾਮ ਅਵਤਾਰ, ਉਹਨਾਂ ਦੇ ਲੜਕੇ ਆਏ ਨੇ, ਉਹਨਾਂ ਨਾਲ ਉਹਨੇ ਗੱਲ ਕਰ ਰਿਹਾ ਸੀ। ਉਹ ਅਮੈਰੀਕਾ ਦੇ ਵਿੱਚ ਹਾਲੀਵੁੱਡ ਫਿਲਮਾਂ ਦੇ ਵਿੱਚ ਡਾਇਰੈਕਟ ਕਰ ਰਹੇ ਹੈ, ਟੈਕਨੀਸ਼ੀਅਨਸ ਬਹੁਤ ਵੱਡੇ ਨੇ, ਉਹਨਾਂ ਨਾਲ ਉਹਨੇ ਗੱਲ ਕਰ ਰਿਹਾ ਸੀ। ਮੈਂ ਕਿਹਾ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਕਲਾਸਰੂਮਸ ਨਹੀਂ ਲਾਏ। ਪਹਿਲੀ ਵਾਰੀ ਜਦ ਮੈਂ ਫਾਰਮਿੰਗ ਦਾ ਭਾਗ ਕਰ ਰਿਹਾ ਸੀ ਤਾਂ ਜਿੰਨੇ ਆਰਟਿਸਟ ਬੈਠੇ ਸੀ, ਸਾਰਿਆਂ ਕੋਲ ਆਪਣੇ ਆਪਣੇ ਸਕ੍ਰਿਪਟ ਸੀਗਾ,
ਤੇ ਜਿਹੜਾ ਡਾਇਰੈਕਟਰ ਸੀ ਉਹ ਪੜ੍ਹ ਰਿਹਾ ਸੀ ਕਿ ਹਾਂ ਵੀ ਇੱਥੋਂ ਸੂਰਜ ਨਿਕਲਿਆ, ਇੱਥੋਂ ਫਲਾਨਾ ਹੋਇਆ, ਪਹਾੜੀ 'ਤੇ ਕੈਮਰਾ ਗਿਆ ਅਤੇ ਮਿਲਖਾ ਭੱਜਦਾ ਆ ਰਿਹਾ ਆਪਣੇ ਕੋਚ ਕੋਲ ਅਤੇ ਕੋਚ ਦਾ ਡਾਇਲੋਗ, ਉਹ ਸਾਰੇ ਡਾਇਲੋਗ ਬੋਲਦੇ ਸੀ। ਉਹਨੂੰ ਕਹਿੰਦੇ ਨਾ ਵਰਕਸ਼ਾਪ। ਅਸੀਂ ਮਿਸਿੰਗ ਹੈ ਸਾਰੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਸਾਨੂੰ ਸਾਰੇ ਆਰਟਿਸਟਾਂ ਨੂੰ ਐਟਲੀਸਟ 15 ਦਿਨ ਪਹਿਲਾਂ ਇੱਕ ਵਰਕਸ਼ਾਪ ਲਾਉਣੀ ਚਾਹੀਦੀ ਹੈ ਤਾਂ ਕਿ ਹਰ ਆਰਟਿਸਟ ਦੇ ਦਿਮਾਗ ਦੇ ਵਿੱਚ ਇੱਕ ਇੱਕ ਸੀਨ ਫਿਲਮ ਦੀ ਸਾਰੀ ਸਟੋਰੀ ਉਹਦੇ ਦਿਮਾਗ 'ਚ ਹੋਵੇ, ਕਿਉਂਕਿ ਉਹ ਪਰਫੋਰਮ ਬੈਟਰ ਕਰ ਸਕਦਾ। ਥੈਂਕ ਯੂ ਵੈਰੀ ਮੱਚ। ਅੱਜ ਇੱਕ ਬੜੀ ਕਮਾਲ ਦੀ ਗੱਲ ਹੋਈ ਹੈ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਯੂਵੀ ਨੇ ਇੱਕ ਵਾਰੀ ਮੇਰੀ ਟੋਪੀ ਪਾਈ ਇੰਡੀਆ ਦੀ ਅਤੇ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਤੂੰ ਅਰਨ ਕਰਕੇ ਲਿਆ ਫਿਰ ਪਾਈ, ਕਹਿੰਦਾ ਅੱਛਾ ਮੈਂ ਪਹਿਲਾਂ ਟੈਸਟ ਮੈਚ ਖੇਡਾਂਗਾ ਨਾ ਤਾਂ ਫਿਰ ਜ਼ਰੂਰ ਪਾਵਾਂਗਾ ਡੈਡ ਹੱਥ ਨੂੰ ਸੰਭਾਲ ਕੇ। ਮੈਂ ਮੇਰੀ ਡਾਟਰ ਮੇਰੇ ਨਾਲ ਹੈ, ਮੈਂ ਤੁਹਾਨੂੰ ਇੰਟਰੋਡਿਊਸ ਕਰਨਾ ਚਾਹੁੰਦਾ, ਅਮਰਜੋਤ ਕੌਰ, ਸ਼ੀ ਇਜ਼ ਇਨ ਟੂ ਟੈਨਿਸ। ਬੜੀਆਂ ਫਿਲਮਾਂ ਦੀ ਔਫਰ ਹੈਗੀ ਹੈ ਕਿ ਮੈਂ ਫਿਲਮਾਂ ਤੈਨੂੰ ਸਾਈਨ ਕਰਨਾ ਚਾਹੁੰਦੇ, ਪਰ ਮੈਂ ਇਹਨੂੰ ਕੋਈ ਗੱਲ ਕਹੀ ਹੈ, ਬੇਟਾ ਤੂੰ ਪਹਿਲਾਂ ਟੈਨਿਸ ਖੇਲ ਲੈ, ਫਿਰ ਉਸ ਤੋਂ ਬਾਅਦ ਯੂ ਕੈਨ ਗੋ ਟੂ ਦੀ ਫਿਲਮ ਇੰਡਸਟਰੀ ਵੇਅਰ ਐਵਰ ਯੂ ਚੂਜ਼। ਥੈਂਕ ਯੂ ਵੈਰੀ ਮੱਚ ਆਲ ਆਫ ਯੂ, ਲਵ ਯੂ ਆਲ ਐਂਡ ਦੀ ਪੀਪਲ ਸਿਟਿੰਗ ਔਨ ਦ ਡਾਇਸ, ਆਈ ਐਡਮਾਇਰ ਯੂ ਗਾਈਸ, ਆਈ ਐਮ ਵਿਦ ਯੂ ਆਲ ਦ ਟਾਈਮ, ਆਈ ਹੋਪ ਯੂ ਵਰਕ ਲਾਈਕ ਅ ਫੈਮਿਲੀ ਐਂਡ ਵੀ ਡੂ ਵਨ ਆਫ ਵੰਡਰਫੁਲ ਜੋਬ। ਥੈਂਕ ਯੂ ਪ੍ਰੈਸ, ਗੋਡ ਬਲੈਸ ਯੂ, ਲਵ ਯੂ ਆਲ। ਥੈਂਕ ਯੂ ਸਰ। ਥੈਂਕ ਯੂ ਸੋ ਮੱਚ ਸਰ, ਵੈਰੀ ਵੈਲ ਸੈਡ। ਸੋ ਜਿੰਦਰ ਸਰ, ਐਮ ਹੁੰਦਲ ਸਰ ਨੂੰ ਮੈਂ ਕਹਿਣਾ ਚਾਹੂੰਗੀ ਕਿ ਉਹ ਇਸ ਪ੍ਰੋਜੈਕਟ ਬਾਰੇ ਮੀਡੀਆ ਦੇ ਨਾਲ ਸਾਂਝਾ ਕਰਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਔਰ ਮੇਰੇ ਲਈ ਬਹੁਤ ਖੁਸ਼ੀ ਵਾਲੀ ਅਤੇ ਮਾਣ ਵਾਲੀ ਗੱਲ ਵੀ ਹੈ ਕਿ ਅਸੀਂ ਮਤਲਬ ਮੈਂ ਛੋਟਾ ਹੁੰਦਿਆਂ ਜਿਹੜਾ ਮਤਲਬ VCR ਦਾ ਜਦੋਂ ਟਾਈਮ ਸੀਗਾ, ਮੈਂ ਯੋਗ ਭਾਜੀ ਅਤੇ ਗੁਰੂ ਗਿੱਲ ਜੀ ਉਹਨਾਂ ਨੂੰ ਦੇਖ ਦੇਖ ਕੇ ਕਿਤੇ ਸੁਪਨਾ ਸੀਗਾ ਕਿ ਇਹਨਾਂ ਨੂੰ ਕੁਛ ਕੰਮ ਕਰਨ ਦਾ ਮੌਕਾ ਮਿਲੇ, ਔਰ ਅੱਜ ਉਹ ਦਿਨ ਆਇਆ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ। ਅਤੇ ਮੈਂ ਅਵਤਾਰ ਭਾਜੀ ਦਾ, ਵਿਕਰਮ ਭਾਜੀ ਦਾ ਬਹੁਤ ਥੈਂਕਸ ਕਰਨਾ ਚਾਹੁੰਦਾ, ਇਹਨਾਂ ਨੇ ਮੇਰੇ 'ਤੇ ਟਰਸਟ ਕੀਤਾ ਮੇਰੇ ਫਸਟ ਪ੍ਰਾਈਜ਼ ਦੇ ਵਿੱਚ, ਅਤੇ ਸੋ ਥੈਂਕਸ ਸੋ ਮੱਚ। ਪੰਜਾਬ ਦੀ ਮੀਡੀਆ ਇੱਕ ਪਾਸੇ, ਸਿਨੇਮਾ ਇੱਕ ਪਾਸੇ, ਹਰ ਇੱਕ ਐਂਗਲ ਤੋਂ ਮੈਨੂੰ ਪੰਜਾਬੀ ਰੂਟਸ ਨਾਲ ਮੇਰਾ ਲੱਗਾ। ਸੋ ਜੋ ਜੈਦ ਨੇ ਕਿਹਾ ਸੀ ਕਿ ਇਸ ਓਪਰਚੁਨਿਟੀ ਹੈਗੀ ਆ, ਆਈ ਜੰਪ ਡਾਊਨ। ਅਤੇ ਜੋ ਇੱਡੇ ਨੋਨ ਆਰਟਿਸਟ ਦੇ ਨਾਲ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਕੰਮ ਕਰਨ ਦੀ, ਆਈ ਐਮ ਓਵਰ ਦ ਮੂਨ। ਸੋ ਤੁਸੀਂ ਅੱਜ ਮੀਡੀਆ ਵਾਲੇ ਦੇ ਬੰਦੇ ਆਏ ਆ, ਨਿਊ ਮੋਰਨ ਵਰਕ ਸਾਡੀ ਕੀਤੀ ਆ, ਥੈਂਕ ਆਲ ਆਫ ਯੂ ਫਰੋਮ ਟੀ ਵੀ ਟੂ ਦ ਨਿਊਜ਼ ਪੇਪਰਸ। ਅਸਲੀ ਯੋਗਰਾਜ ਅੰਕਲ ਨੇ ਕਹੀ ਆ ਕਿ ਅਸੀਂ ਪਹਿਲਾਂ ਹੀ ਆਹੀ ਗੱਲ ਕਰ ਰਹੇ ਸੀ ਕਿ ਵੈਸਟਰਨ ਸਿਨੇਮਾ ਅਤੇ ਇੰਡੀਅਨ ਸਿਨੇਮਾ 'ਚ ਲੋਕ ਕਹਿ ਰਹੇ ਆ ਕਿ ਬਹੁਤ ਜ਼ਿਆਦਾ ਫਰਕ, ਮੇਰੀ ਅੱਖਾਂ ਵਿੱਚੋਂ ਫਰਕ ਬਹੁਤ ਛੇਤੀ ਪਰੇ ਹੋਣ ਲੱਗ ਪਏ। ਐਂਡ ਸਾਡੀ ਜਿਹੜੀ ਬੰਬਲਬੀ ਪ੍ਰੋਡਕਸ਼ਨ ਆ, ਦੈਟਸ ਆਰ ਜੋਬ। ਸਾਡੀ ਪ੍ਰੋਡਕਸ਼ਨ ਦੀ ਆਹੀ ਕੋਸ਼ਿਸ਼ ਹੋਊਗੀ ਕਿ ਜਿਹੜੀ ਆ ਫਰਕ ਪੈ ਰਿਹਾ ਆ ਅਤੇ ਵੈਸਟ ਅਤੇ ਈਸਟ ਵਿੱਚ ਪੈ ਰਿਹਾ, ਵੀ ਵਾਂਟ ਟੂ ਗੈਟ ਰਿਡ ਆਫ ਦਿਸ। ਜਿਹੜੀ ਕੁਆਲਿਟੀ ਲੋਕ ਕਹਿ ਰਹੇ ਕਿ ਇੱਥੇ ਪਹੁੰਚ ਸਕਦੇ ਆ, ਸਾਡੀ ਪ੍ਰੋਡਕਸ਼ਨ ਕੰਪਨੀ ਪੂਰੀ ਕੋਸ਼ਿਸ਼ ਹੋਊਗੀ ਕਿ ਅਸੀਂ ਉਸ ਸਟੈਂਡਰਡ ਦੀ ਫਿਲਮਾਂ ਬਣਾਈਏ ਅਤੇ ਉਸ ਤੋਂ ਘੱਟ ਦੇ ਸੋਚੀਏ। ਬਿਊਟੀਫੁਲ, ਥੈਂਕ ਯੂ ਸੋ ਮੱਚ। ਔਰ ਮੈਂ ਚਾਹੂੰਗੀ ਇਸ ਫਿਲਮ ਦੇ ਰਾਈਟਰ ਰਾਜੂ ਵਰਮਾ ਜੀ ਵੀ ਸਾਡੇ ਨਾਲ ਇਸ ਫਿਲਮ ਦੀ ਥੋੜ੍ਹੀ ਬਹੁਤ ਜੋ ਆ ਕਹਾਣੀ ਜਾਂ ਇੱਕ ਲਾਈਨਰ ਸਾਰਿਆਂ ਨਾਲ ਸ਼ੇਅਰ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਕਦਮ ਇੱਥੇ ਚੱਲ ਕੇ ਆਏ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਜੀਵ ਆਇਆ ਆਖਦੇ ਆ ਜੀ। ਅਤੇ ਮੇਰੇ ਲਈ ਤਾਂ ਸਭ ਤੋਂ ਮਾਣ ਵਾਲੀ ਗੱਲ ਇਹੀ ਹੈ ਕਿ ਜਿਨ੍ਹਾਂ ਦਾ ਮੈਂ ਫੈਨ ਹਾਂ, ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਜੀ ਕਿ ਮੈਂ ਜਦੋਂ ਫਿਲਮ ਲਿਖਣੀ ਸ਼ੁਰੂ ਕੀਤੀ ਸੀ ਪਹਿਲੀ, ਤਾਂ ਸਭ ਤੋਂ ਪਹਿਲੇ ਮੇਰੇ ਦਿਲ ਦੇ ਵਿੱਚ ਇੱਕ ਤਮੰਨਾ ਆਈ ਸੀ, ਮੈਂ ਕਦੇ ਯੋਗਰਾਜ ਭਾਅ ਜੀ ਅਤੇ ਗੁਰੂ ਸਾਹਿਬ ਜੀ ਕਦੇ ਫਿਲਮ ਲਿਖ ਪਾਊਂਗਾ।
ਅਤੇ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਮੇਰਾ ਇੰਨਾ ਕੁ ਸਹਿਯੋਗ ਦਿੱਤਾ, ਮੈਨੂੰ ਸਭ ਨੇ ਬਹੁਤ ਕੁਝ ਦੱਸਿਆ ਵੀ ਇੱਦਾਂ, ਕਿਉਂਕਿ ਮੇਰੇ ਖਿਆਲ ਮੇਰੀ ਔਕਾਤ ਨਹੀਂ ਮੈਂ ਲਿਖ ਸਕਦਾ ਸੀ, ਅਤੇ ਇਹਨਾਂ ਨੇ ਮੈਨੂੰ ਹੌਸਲਾ ਦਿੱਤਾ ਅਤੇ ਵਾਹਿਗੁਰੂ ਨੇ ਕਿਰਪਾ ਕੀਤੀ ਅਤੇ ਮੈਂ ਕੋਸ਼ਿਸ਼ ਕੀਤੀ ਹੈ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਕਿ ਮੈਂ ਉਸ 'ਤੇ ਖਰਾ ਉਤਰਾਂ। ਆਪਣੇ ਵੱਲੋਂ ਮੈਂ ਪ੍ਰੋਮਿਸ ਕਰਦਾ ਵੀ ਬਹੁਤ ਜ਼ਿਆਦਾ ਮਿਹਨਤ ਕਰੂੰ, ਜਿੰਨਾ ਮੇਰੇ ਤੋਂ ਜੋੜ ਲੱਗਿਆ ਉਹਨਾਂ ਲਾਉਂਗਾ, ਕਿਉਂਕਿ ਮੇਰੇ ਦਿਲ ਦੀ ਤਮੰਨਾ ਹੈ ਕਿ ਇਹ ਫਿਲਮ ਇੱਕ ਬਹੁਤ ਵਧੀਆ ਫਿਲਮ ਹੋਵੇ ਅਤੇ ਨਾਮ ਵੀ ਬੜਾ ਪਿਆਰਾ ਜੀ ਲੁੱਕੜ ਵਿੱਚ ਹੀ। ਉਸ ਤੋਂ ਬਾਅਦ ਨਾਲ ਦੀ ਨਾਲ ਪਾਨ ਦੀ ਬੇਗੀ ਜੋ ਇਸੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਮੈਂ ਅਗਲੀ ਮੂਵੀ ਲਿਖ ਰਿਹਾ, ਬਲ ਸਾਹਿਬ ਅਵਤਾਰ ਬਲ ਜੀ ਵਿਕਰਮਜੀਤ ਬਲ ਜੀ ਜੋ ਪ੍ਰੋਡਿਊਸਰ ਨੇ ਬੜੇ ਵਧੀਆ ਇਨਸਾਨ ਵੀ ਨੇ ਅਤੇ ਅਸੀਂ ਕੈਨੇਡਾ ਦੇ ਵਿੱਚ ਇਕੱਠੇ ਹੋਏ ਸੀ, ਉੱਥੋਂ ਸਾਡਾ ਰਾਬਤਾ ਬਹੁਤ ਅੱਛਾ ਬਣਿਆ ਅਤੇ ਬਾਕੀ ਜੋ ਡਾਇਰੈਕਟਰ ਜੀ ਨੇ ਸਾਡੇ ਮਨਜਿੰਦਰ ਹੁੰਦਲ ਜੀ ਬੜੇ ਅੱਛੇ, ਨਿੱਘੇ ਸੁਭਾਅ ਦੇ ਮਾਲਕ ਨੇ ਵੀ ਪ੍ਰੀਤ ਭਾਈ, ਅਤੇ ਬਾਕੀ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੇਰੇ ਤਾਂ ਔਕਾਤ ਮੈਂ ਬੈਠ ਵੀ ਸਕਾਂ ਨਾਲ ਜੀ, ਅਤੇ ਮੈਂ ਮਤਲਬ ਦਿਲੋਂ ਕਹਿ ਰਿਹਾ ਮੈਂ ਵਾਹਿਗੁਰੂ ਦਾ ਬਹੁਤ ਸ਼ੁਕਰਾਨਾ ਕਰਦਾ ਜੀ, ਬਹੁਤ ਜ਼ਿਆਦਾ ਸ਼ੁਕਰਾਨਾ। ਅਤੇ ਇੱਕ ਦੋ ਲਾਈਨਾਂ ਦੇ ਸ਼ੇਅਰ ਸੀਗਾ, ਇੱਕ ਮੈਂ ਬੜਾ ਪਿਆਰਾ ਲੱਗਦਾ ਮੈਨੂੰ, ਦੀਵੇ ਜ਼ਰੂਰ ਬਾਲਾਂਗਾ ਜੇ ਸਮਾਂ ਮਿਲ ਗਿਆ, ਦੀਵੇ ਜ਼ਰੂਰ ਬਾਲਾਂਗਾ ਜੇ ਸਮਾਂ ਮਿਲ ਗਿਆ, ਗੁੰਮੀ ਹੋਈ ਜ਼ਿੰਦਗੀ ਹੈ ਕੁਝ ਪਲ ਖੁਸ਼ੀ ਦੇ ਵੀ ਭਾਲਾਂਗਾ ਜੇ ਸਮਾਂ ਮਿਲ ਗਿਆ, ਹਾਲੇ ਮੇਰੇ ਚੋਂਦੇ ਮੁੜਕੇ ਦੀ ਖੁਸ਼ਬੂ ਹੀ ਕਮਾਲ ਹੈ, ਅਤਰ ਵੀ ਲਗਾ ਲਾਂਗਾ ਜੇ ਸਮਾਂ ਮਿਲ ਗਿਆ, ਹਾਲੇ ਤਾਂ ਮੇਰੇ ਮਾਪਿਆਂ ਦਾ ਮੇਰੇ ਬਜ਼ੁਰਗਾਂ ਦਾ ਬੜਾ ਹੀ ਮੇਰੇ ਸਿਰ ਕਰਜ਼ਾ ਹੈ, ਰੱਬ ਨੂੰ ਵੀ ਧਿਆ ਲਾਂਗਾ ਜੇ ਸਮਾਂ ਮਿਲ ਗਿਆ, ਹਾਲੇ ਤਾਂ ਕਮਾ ਰਿਹਾ ਰਾਜੂ ਵਰਮਾ ਨਾਮ ਨੂੰ, ਪੈਸਾ ਵੀ ਕਮਾ ਲਾਂਗੇ ਜੇ ਸਮਾਂ ਮਿਲ ਗਿਆ। ਅਤੇ ਸਾਰੇ ਮੀਡੀਆ ਦਾ ਬਹੁਤ ਹੀ ਧੰਨਵਾਦ ਹੈ ਜੀ, ਸੋ ਧੰਨਵਾਦ ਹੈ ਬਹੁਤ ਜ਼ਿਆਦਾ ਪ੍ਰੋਡਿਊਸਰ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਅੱਜ ਯੋਗ ਭਾਈ ਅਤੇ ਗੁਰੂ ਗਿੱਲ ਭਾਈ ਦੇ ਬਰੋਬਰ ਬੈਠਣ ਦਾ ਮੌਕਾ ਦਿੱਤਾ ਜੀ, ਬਹੁਤ ਹੀ ਧੰਨਵਾਦ ਹੈ ਜੀ ਪਰਮਾਤਮਾ, ਅੱਜ ਮੈਨੂੰ ਬਹੁਤ ਕੁਛ ਮਿਲ ਗਿਆ ਜੀ, ਬਸ ਮੈਂ ਹੋਰ ਕੁਛ ਨਹੀਂ ਕਹਿ ਸਕਦਾ ਜੀ, ਥੈਂਕ ਯੂ ਜੀ। Hi everyone. Hi, welcome. The way Vikram said just now that, you know, Punjabi, Amisha Punjabi Rindya, though I'm Singaporean, but my roots are still, you know, in Punjab, and I'm very grateful to Mr. Avtar and Mr. Hundal who gave me the opportunity for this movie. And the movie is like very amazing. It's a family drama, comic. I think you guys are going to have great fun. And the star cast, the team, everybody is wonderful. And hope for the best. Yeah, thank you. Thank you so much. So, my media mein guzarish karna chahungi ki wo sari star cast ke naal galbaat kar sakte hain, apne sawal wagaira sara puch sakte hain. Any question? Media? ਨਮਸਕਾਰ ਜੀ, ਪੰਜਾਬੀਆਂ ਦੇ ਅਨਿਲ ਕਪੂਰ ਨੂੰ ਮੇਰਾ ਨਮਸਕਾਰ। ਕੀ ਕਹਾਂ ਜੀ,
ਖਾਂਦੇ ਦਾ ਜੀ ਹੈਲੋ ਖਾਂਦੇ ਤਾਂ ਬਸ ਉਹੀ ਕੁਛ ਆ ਜਿਹੜੇ ਆਪਾਂ ਸਾਰੇ ਪੰਜਾਬੀ ਲੋਕ ਖਾਂਦੇ ਹਾਂ, ਲੇਕਿਨ ਮੇਰੇ ਵਾਸਤੇ ਹੈਲੋ ਹੈਲੋ ਮੈਂ ਕਹਿ ਰਿਹਾ ਸੀ ਕਿ ਮੇਰੇ ਵਾਸਤੇ ਜਿਹੜੀਆਂ ਸਾਰਾ ਪੰਜਾਬ ਦੁਆਵਾਂ ਕਰਦਾ ਔਰ ਮੇਰੇ ਸਾਰੇ ਵੈਲ ਮਿਸ਼ਰ ਨੇ ਔਰ ਹਰ ਵੇਲੇ ਹੌਸਲਾ ਵਧਾਉਂਦੇ ਰਹਿੰਦੇ, ਮੇਰੇ ਖਿਆਲ ਦੇ ਵਿੱਚ ਉਹ ਚੀਜ਼ ਮੇਰੇ ਵਾਸਤੇ ਜ਼ਿਆਦਾ ਕੰਮ ਕਰ ਰਹੀ ਹੈ ਖੁਰਾਕਾਂ ਨਾਲੋਂ ਵੀ। ਅਤੇ ਜੋ ਮਾਲਕ ਨੇ ਤੁਹਾਨੂੰ ਇੱਕ ਬਖਸ਼ਿਸ਼ ਕੀਤੀ ਹੈ, ਇੱਕ ਸਿਹਤਮੰਦ ਜ਼ਿੰਦਗੀ ਦਿੱਤੀ ਹੈ, ਉਹਦਾ ਸ਼ੁਕਰਗੁਜ਼ਾਰ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਦੀ ਮਿਹਰ ਸਦਕਾ ਸਾਨੂੰ ਇੱਕ ਤੰਦਰੁਸਤ ਜੀਵਨ ਦਿੱਤਾ ਅਤੇ ਆਪਣਾ ਕੰਮ ਕਰਨ ਦਾ ਹੌਸਲਾ ਮਿਲਦਾ ਇਸੇ ਵਜ੍ਹਾ ਨਾਲ। ਅਤੇ ਮੇਰੀ ਜਿਹੜੀ ਆਡੀਅੰਸ ਹੈ, ਮੇਰੇ ਫੈਨ ਹੈ ਆਪ ਸਾਰੇ, ਔਰ ਇਹ ਦੁਆਵਾਂ ਕਰਦੇ ਜਦੋਂ ਉਦੋਂ ਬਸ ਤਕੜੇ ਹੋ ਜਾਈ ਹੈ ਸਾਰਿਆਂ ਤੋਂ, ਇਹੀ ਵੱਡੀ ਗੱਲ ਮੈਂ ਕਹਿ ਸਕਦਾ। ਯੋਗਰਾਜ ਨਮਸਕਾਰ ਜੀ, ਮੇਰਾ ਦੂਜਾ ਸਵਾਲ ਹੈ ਯੋਗਰਾਜ ਨੂੰ ਵੀ ਸੌਦਾਗਰ ਇੱਕ ਪਿਕਚਰ ਆਈ ਸੀ, ਉਹਦੇ ਵਿੱਚ ਵੀ ਇਸ ਤਰ੍ਹਾਂ ਦੀ ਜੋੜੀ ਸੀਗੀ, ਮਤਲਬ ਗੁੱਗੂ ਨਾਲ ਥੋੜ੍ਹੀ ਜੋੜੀ ਹੋਣੀ ਚਾਹੀਦੀ ਮੇਰੇ ਖਿਆਲ 'ਚ। ਸੌਦਾਗਰ ਦੀ ਜਿਹੜੀ ਕਹਾਣੀ ਸੀ ਉਹਦਾ ਤਾਂ ਮੈਂ ਰੌਲਾ ਪਾਇਆ ਫਿਰ ਦੱਸਾਂ ਕਿ ਉਹ ਫਿਲਮ ਬਣਾਉ ਪੰਜਾਬੀ ਬੈਕਗਰਾਊਂਡ ਹੈ, ਪਰ ਇੱਕ ਮਿੰਟ ਆਹ ਜਿਹੜੀ ਫਿਲਮ ਹੈਗੀ ਹੈ ਇਹ ਮੇਰਾ ਖਿਆਲ ਕਿ ਉਸ ਉਹਦੇ ਨਾਲ ਕੋਈ ਮੈਚ ਨਹੀਂ ਹੈ। ਇਹਦੇ ਵਿੱਚ ਯੋਗਰਾਜ ਸਿੰਘ ਐਂਡ ਗੁੱਗੂ ਗਿੱਲ ਬਹੁਤ ਚੰਗੇ ਦੋਸਤ ਨੇ, ਜਿਹੜਾ ਕਿ ਬਹੁਤ ਚਿਹਰਾ ਤੋਂ ਚਾਹ ਰਿਹਾ ਸੀ, ਐਵੇਂ ਲੱਗਦੇ ਸਾਰੇ ਕੰਡਾਸਾ ਸ਼ੁਰੂ ਹੋ ਜਾਂਦਾ ਸੀਗਾ ਵੀ ਯਾਰ ਹੋਣ, ਉਹਨਾਂ ਦੀ ਯਾਰੀ ਹੋਵੇ, ਇਹੋ ਜਿਹੀ ਹੋਵੇ, ਲੋਕ ਕਹਿਣ ਵੀ ਦੋਸਤ ਹੋਣ ਤਾਂ ਇੱਦਾਂ ਦੇ ਹੋਣ ਜਿਹੜੇ ਕਿ ਅਸਲ 'ਚ ਅਸੀਂ ਹੈਗੇ ਹਾਂ, ਪਿਛਲੇ ਜਨਮ ਤੋਂ ਐਤਕੀ ਵੱਖਰੀ ਵੱਖਰੀ ਮਾਵਾਂ ਤੋਂ ਪੈਦਾ ਹੋ ਗਏ, ਉਹ ਚੀਜ਼ ਦਿਖਾਈ ਜਾਵੇ। ਔਰ ਫਿਰ ਮੇਰੀ ਰਾਈਟਰ ਸਾਹਿਬ ਨਾਲ ਬੜੀ ਬਹਿਸ ਹੋਈ, ਸਾਰੇ ਬੈਠੇ ਸੀਗੇ ਕਿ ਦੋ ਦੋਸਤ, ਇੱਕ ਦੋਸਤ ਆਪਣੇ ਦੋਸਤ ਦੀ ਭੈਣ ਨਾਲ ਵਿਆਹ ਕਿਵੇਂ ਕਰ ਸਕਦਾ, ਰਿਸ਼ਤਾ ਕਿਵੇਂ ਕਰਦਾ, ਇੰਨੀ ਗੱਲ ਤੁਹਾਨੂੰ ਮੈਂ ਕਹਿਣੀ ਹੈ। ਇਸ ਗੱਲ 'ਤੇ ਬੜੀ ਜਿੱਦੋ ਜਹਿਦ ਹੋਈ, ਹੋ ਰਹੀ ਹੈ, ਲੇਕਿਨ ਕੁਛ ਇਹੋ ਜਿਹੀ ਗੱਲ ਹੋਣੀ ਚਾਹੀਦੀ ਹੈ ਕਿ ਦੋਸਤਾਂ ਦੇ ਵਿੱਚ ਫਰਕ ਕਿਵੇਂ ਪੈਂਦਾ। ਦੋਸਤੀ ਤਾਂ ਰੱਬ ਦਾ ਫਰਮਾਨ ਹੈ, ਦੋਸਤੀ ਤਾਂ ਪੀਰ ਬੁੱਧੂ ਸ਼ਾਹ ਅਤੇ ਦਸਵੇਂ ਪਾਤਸ਼ਾਹ ਦੀ ਸੀ, ਤੁਸੀਂ ਸੁਣੀਆਂ ਹੋਣੀਆਂ ਕਹਾਣੀਆਂ। ਦੋਸਤੀ ਤਾਂ ਗੁਰੂ ਅਰਜਨ ਦੇਵ ਅਤੇ ਆਪਣਾ ਮੀਆਂ ਵੀਰ ਜੀ ਦੀ ਸੀ, ਇੱਕ ਦੂਜੇ ਨੂੰ ਚੋਰੀ ਕਿਉਂ ਕਹਿੰਦੇ ਸੀ। ਅਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਦੋਸਤੀ ਵਿੱਚ ਫਰਕ ਕਿਵੇਂ ਪੈਂਦਾ, ਉਹ ਬੜਾ ਜ਼ਰੂਰੀ ਹੈ। ਇਸ ਫਿਲਮ ਦੇ ਵਿੱਚ ਮੈਂ ਓਪਨਲੀ ਗੱਲ ਕਰ ਰਿਹਾ, ਉਹ ਫਰਕ ਨੂੰ ਦਿਖਾਉਣਾ ਜਿੱਥੇ ਦੁਸ਼ਮਣੀ ਸ਼ੁਰੂ ਹੁੰਦੀ ਹੈ ਦੋ ਪਿਆਰੇ ਦੋਸਤਾਂ ਦੀ, ਉਹ ਫਰਕ ਦਿਖਾਉਣਾ ਬੜਾ ਜ਼ਰੂਰੀ ਜਿੱਥੇ ਅਸੀਂ ਡਿਸਕਸ਼ਨ ਕੀਤੀ ਹੈ। ਅਦਰਵਾਈਜ਼ ਸੌਦਾਗਰ ਨਾਲ ਕੋਈ ਕਹਾਣੀ ਨਹੀਂ ਮਿਲਦੀ। ਦੂਸਰਾ ਸਵਾਲ ਮੇਰਾ ਡਾਇਰੈਕਟਰ ਪਿਕਚਰ ਹੈਲੋ ਹੁੰਦਰ ਸਾਹਿਬ, ਮੈਂ ਪੁੱਛਦੀ ਹਾਂ ਇੱਕ ਪੰਜਾਬੀ ਛੋਟੀ ਜਿਹੀ ਐਗਜ਼ਾਮਪਲ ਹੈ, ਸਾਡੇ ਪਿੰਡਾਂ ਦੇ ਵਿੱਚ ਨਾ ਇੱਕ ਹੁੰਦੀ ਆ ਚੁਟਕੀ ਮੇਰੀ 'ਚ ਹੁੰਦੀ ਆ, ਮਤਲਬ ਉਹ ਨਾ ਬੜੀ ਤਿੱਖੀ ਨਿਕਲਦੀ ਆ। ਮੇਰਾ ਬਾਬਾ ਥੋੜ੍ਹੀ ਦੇਰ ਬਾਅਦ ਜਿਹੜੇ ਡਾਇਰੈਕਟਰ ਨੇ ਬੜੀ ਛੋਟੇ ਛੋਟੇ ਆਉਣ ਲੱਗ ਗਏ, ਕਾਰਨ ਕੀ ਹੈ ਵੀ ਚੁਟਕੀ ਮਿਰਚਾਂ ਵੱਡੀਆਂ ਹੋ ਰਹੀਆਂ ਨੇ। ਹੈਲੋ ਮੈਡਮ, ਮੈਨੂੰ ਇਹ ਲੱਗਦਾ ਕਿ ਮਿਰਚ ਭਾਵੇਂ ਉੱਤੋਂ ਛੋਟੀ ਹੋਵੇ ਪਰ ਜੜ੍ਹਾਂ ਬਹੁਤ ਤਿੱਖੀਆਂ। ਅਤੇ ਮੈਨੂੰ 10 ਸਾਲ ਹੋ ਗਏ ਸੀ ਇਸ ਇੰਡਸਟਰੀ ਦੇ ਵਿੱਚ, ਮੈਂ ਮਿਊਜ਼ਿਕ ਵੀਡੀਓਜ਼ ਦੇ ਨਾਲ ਜੁੜਿਆ ਰਿਹਾ, ਸੀਰੀਅਲਸ ਦੇ ਨਾਲ ਜੁੜਿਆ ਰਿਹਾ। ਅਤੇ ਬਾਕੀ ਅੱਜ ਕੱਲ੍ਹ ਥੋੜ੍ਹਾ ਟੈਕਨੋਲੋਜੀ ਚੇਂਜ ਹੋ ਗਈ ਹੈ, ਫਿਲਮਾਂ ਦੇ ਸ਼ੋਰਟ ਟਾਈਮ ਦੇ ਵਿੱਚ 6 ਮਹੀਨੇ 'ਚ ਆਪਾਂ ਫਿਲਮਾਂ ਖਤਮ ਕਰਦੇ ਹਾਂ। ਸੋ ਦੈਟਸ ਇਟ।
ਐਡੇ ਜਿਹੜੇ ਫਿਲਮਾਂ ਦੇ ਸਾਹਮਣੇ ਤੁਹਾਡੇ ਕੋਲ ਬੈਠੇ ਨੂੰ ਰਿਐਕਸ਼ਨ ਕਰ ਰਹੇ ਹੋ ਕਿਉਂ ਨਰਵਸ ਹੋ ਰਹੇ ਤੁਸੀਂ ਹਾਂਜੀ ਸਰੀ ਗੁੱਗੂ ਗਿੱਲ ਜੀ ਨੇ ਯੋਗਰਾਜ ਜੀ ਨੇ ਇਹਨੂੰ ਡਾਇਰੈਕਸ਼ਨ ਦੇਣ ਵੇਲੇ ਤੁਹਾਨੂੰ ਫੀਲ ਕੀ ਹੋਇਆ ਅੰਦਰੋਂ ਡੈਰੇ ਸੁੱਟ ਦਿੱਤੇ ਨੇ ਨਹੀਂ ਮੈਨੂੰ ਇਹ ਲੱਗਦਾ ਕਿ ਇੰਨੀ ਵੱਡੀ ਟੀਮ ਜਿਹੜੀ ਇਕੱਠੀ ਕਰਨੀ ਸੀ ਨਾ ਸਾਡੇ ਵਾਸਤੇ ਪਹਿਲਾਂ ਉਹ ਬੜਾ ਇੱਕ ਟਾਸਕ ਸੀਗਾ ਅਤੇ ਅੱਧਾ ਕੁ ਟਾਸਕ ਸਾਡਾ ਟੀਮ ਇਕੱਠੀ ਹੋ ਗਈ ਹੈ ਪੂਰਾ ਹੋ ਗਿਆ ਅਤੇ ਜਿਹੜਾ ਬਾਕੀ ਆ ਉਹ ਨੋ ਡਾਊਟ ਅਸੀਂ ਬਹੁਤ ਧਿਆਨ ਨਾਲ ਚੱਲ ਰਹੇ ਹਾਂ ਕਿਉਂਕਿ ਦੋਨੋਂ ਬਾਈ ਜੀ ਹੁਣ ਕਾਫੀ ਟਾਈਮ ਬਾਅਦ ਇਕੱਠੇ ਨਜ਼ਰ ਆਉਣਗੇ ਅਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਸ ਡਾਇਰੈਕਟਰ ਸਾਡੇ ਵਾਸਤੇ ਮੇਰੇ ਵਾਸਤੇ ਇਸ ਗੱਲ ਦੀ ਥੋੜ੍ਹੀ ਹੈ ਥੈਂਕ ਯੂ ਸਰ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਨੇਮ ਇਜ਼ ਸਮਥਿੰਗ ਵੈਰੀ ਇੰਪੋਰਟੈਂਟ ਜਿਹਦਾ ਨਾਮ ਤੁਸੀਂ ਹੁੰਦਾ ਇਮੀਡੀਏਟ ਪਰਸਨੈਲਿਟੀ ਕਿਸੇ ਸ਼ਹਿਰ ਦੇ ਕਿਸੇ ਪਿੰਡ ਦੇ ਉਸ ਤਰ੍ਹਾਂ ਨਾ ਇਸ ਫਿਲਮ ਦਾ ਨਾਮ ਲੁਕਣ ਵਿੱਚ ਹੈ ਜਿਹੜੀ ਐਵਰੇਜ ਆਡੀਅੰਸ ਜਾਏਗੀ ਜਿਹੜੀ ਇਸ ਪ੍ਰੈਸ ਕਾਨਫਰੰਸ ਵਗੈਰਾ ਨੈਚੁਰਲੀ ਨਹੀਂ ਆ ਸਕਦੇ ਉਹਨਾਂ ਨੂੰ ਇੱਕ ਰੋਮਾਂਟਿਕ ਸਟੋਰੀ ਟਾਈਪ ਲੱਗੇਗੀ ਕਿਉਂਕਿ ਇਹਦਾ ਟਾਈਟਲ ਕੁਝ ਇਹੋ ਜਿਹਾ ਮੀਨਿੰਗ ਕਨਵੇ ਕਰਦਾ ਪਰ ਸਰ ਤੁਸੀਂ ਕਿਹਾ ਵੀ ਇਹਦੇ ਵਿੱਚ ਦੋ ਫਰੈਂਡਸ ਦੀ ਸਟੋਰੀ ਹੈ ਅਤੇ ਕਿਆ ਤੁਸੀਂ ਸੋਚਦੇ ਨੇ ਵੀ ਜਿਹੜੇ ਟਾਈਟਲ ਦੇ ਕੁਝ ਐਲੀਮੈਂਟ ਕਿਆ ਰੋਮਾਂਟਿਕ ਸੌਂਗਸ ਜਾਂ ਉਸ ਦੀ ਤਰਫ ਵੀ ਜਾ ਰਹੇ ਨੇ ਮੈਂ ਪੁੱਛਣਾ ਚਾਹੁੰਦਾ ਸਰ ਸਵਾਲ ਕਿਸ ਤੋਂ ਜੀ ਤੁਹਾਡਾ ਸਵਾਲ ਹੈ ਨਹੀਂ ਨਹੀਂ ਕਿਸ ਤੋਂ ਕੀਤਾ ਸਵਾਲ ਸਵਾਲ ਹੈ ਕਿ ਇਸਦਾ ਜਿਹੜਾ ਟਾਈਟਲ ਹੈ ਇਹ ਕਨਵੇ ਕਰਦਾ ਕੋਈ ਰੋਮਾਂਟਿਕ ਸਟੋਰੀ ਹੈ ਵਿਦ ਸੌਂਗ ਅਤੇ ਕਿਆ ਟਾਈਟਲ ਦੇ ਨਾਲ ਇਹ ਸਟੋਰੀ ਚੱਲਦੀ ਹੈ ਕਿਉਂਕਿ ਜਨਰਲ ਪਰਸੈਪਸ਼ਨ ਜਿਹੜੇ ਲੋਕ ਦੇਖਣ ਜਾਂਦੇ ਨੇ ਉਹ ਕਾਫੀ ਵਾਰੀ ਸਿਰਫ ਨਾਮ ਨੂੰ ਦੇਖ ਕੇ ਮੂਵੀ ਦੇਖਣ ਜਾਂਦੇ ਨੇ ਮੈਂ ਪੁੱਛਣਾ ਚਾਹੁੰਦਾ ਕਿਆ ਰੋਮਾਂਟਿਕ ਸਟੋਰੀ ਲੱਗਦੀ ਹੈ ਟਾਈਟਲ ਤੋਂ ਜਾਂ ਇਹਦਾ ਡਿਫਰੈਂਟ ਥੀਮ ਹੈ ਦੇਖੋ ਇਸ ਫਿਲਮ ਦੇ ਵਿੱਚ ਅਸੀਂ ਹਰ ਵਰਗ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਥਰੂ ਸਟੋਰੀ ਕਿਸੇ ਵੀ ਫਿਲਮ ਨੂੰ ਇੱਕ ਟਾਈਟਲ ਦੇਣਾ ਜ਼ਰੂਰੀ ਹੁੰਦਾ ਔਰ ਲੁਕਣ ਵਿੱਚ ਹੀ ਇਸ ਫਿਲਮ ਦੇ ਨਾਲ ਢੁੱਕਦਾ ਹੋਇਆ ਟਾਈਟਲ ਹੈ ਰੋਮਾਂਸ ਵੀ ਹੈਗਾ ਔਰ ਜਿੱਦਾਂ ਯੋਗਰਾਜ ਸਰ ਨੇ ਗੂਗਲ ਸਰ ਨੇ ਕਿਹਾ ਕਿ ਦੋ ਦੋਸਤਾਂ ਦੀ ਦੋਸਤੀ ਔਰ ਦੋ ਦੋਸਤਾਂ ਦੀ ਦੁਸ਼ਮਣੀ ਜਿਹੜੀ ਉਹ ਕਿਵੇਂ ਗਨਵੰਟ ਹੁੰਦੀ ਹੈ ਉਹ ਵੀ ਇਸ ਫਿਲਮ ਦੇ ਵਿੱਚ ਫਿਲਮਾਇਆ ਗਿਆ ਫਿਲਮਾਵਾਂਗੇ ਅਸੀਂ ਔਰ ਬੜੀ ਖੂਬਸੂਰਤ ਸਟੋਰੀ ਹੈ ਜਦੋਂ ਤੁਸੀਂ ਇਹ ਫਿਲਮ ਦੇਖੋਗੇ ਤਾਂ ਤੁਸੀਂ ਰਿਅਲਾਈਜ਼ ਕਰੋਗੇ ਕਿ ਲੁਕਣ ਮੀਸ਼ੀ ਦੇ ਨਾਲ ਕਿਵੇਂ ਮੈਚ ਕਰਦੀ ਹੈ ਸਟੋਰੀ ਥੈਂਕ ਯੂ ਵੀ ਮੱਚ ਅਸੀਂ ਫਿਲਮ ਇੱਕ ਨਹੀਂ ਬਲਕਿ ਦੋ ਫਿਲਮਾਂ ਅਨਾਊਂਸ ਕਰਨ ਜਾ ਰਹੇ ਹਾਂ ਜੀ ਜਿਹਦਾ ਨਾਮ ਹੈਗਾ ਲੁਕਣ ਮੀਚੀ ਔਰ ਪਾਮ ਦੀ ਬੇਟੀ ਲੁਕਣ ਮੀਚੀ ਜਿਹੜੀ ਆ ਨਵੰਬਰ ਦੇ ਵਿੱਚ ਸ਼ੁਰੂ ਹੋਊਗੀ ਬੜੀ ਖੂਬਸੂਰਤ ਫਿਲਮ ਹੈ ਔਰ ਬਹੁਤ ਵੱਡੀ ਖਾਸ ਦੇ ਨਾਲ ਮੈਨੂੰ ਇਸ ਵਾਰੀ ਕੰਮ ਕਰਨ ਦਾ ਮੌਕਾ ਮਿਲ ਰਿਹਾ ਮੇਰੇ ਬੜੇ ਸਤਿਕਾਰਯੋਗ ਰਾਈਟ ਹੈਂਡ ਬੈਠੇ ਨੇ ਜੀ ਸਰਦਾਰ ਯੋਗਰਾਜ ਸਿੰਘ ਜੀ ਔਰ ਲੈਫਟ ਹੈਂਡ ਗੁੱਗੂ ਗਿੱਲ ਜੀ ਜਿਹੜਾ ਬਹੁਤ ਲੰਬੇ ਸਮੇਂ ਤੋਂ ਆਪਾਂ ਪਰਦੇ 'ਤੇ ਦੇਖਦੇ ਆ ਰਹੇ ਹਾਂ ਅੱਜ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਥੋੜ੍ਹਾ ਜਿਹਾ ਕਨਫਿਊਜ਼ ਵੀ ਹਾਂ ਕੌਨਸ਼ੀਅਸ ਵੀ ਹਾਂ ਕਿਉਂਕਿ ਬੜੇ ਸੀਨੀਅਰ ਆਰਟਿਸਟ ਨੇ ਦੋਨੋਂ ਪਾਸੇ ਬੈਠੇ ਔਰ ਬੜਾ ਚੰਗਾ ਫੀਲ ਹੋ ਰਿਹਾ ਹੈ ਔਰ ਜਿਹੜੀ ਬੰਬਲ ਬੀ ਪ੍ਰੋਡਕਸ਼ਨ ਹਾਊਸ ਹੈ ਇਹ ਕੰਟੀਨਿਊਸਲੀ ਹੁਣ ਫਿਲਮਾਂ ਕਰੇਗਾ ਬੈਕ ਟੂ ਬੈਕ ਪੰਜਾਬੀ ਫਿਲਮਾਂ ਔਰ ਮੈਂ ਸਰਦਾਰ ਅਵਤਾਰ ਸਿੰਘ ਜੀ ਬਾਰੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਉਹ ਲੰਬੇ ਸਮੇਂ ਤੋਂ ਭਾਵੇਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਪਰ ਉਹਨਾਂ ਦਾ ਪੰਜਾਬੀ ਦੇ ਨਾਲ ਮੋਹ ਪੰਜਾਬੀ ਦੇ ਨਾਲ ਪਿਆਰ ਪੰਜਾਬੀਅਤ ਦੇ ਨਾਲ ਪਿਆਰ ਇੱਥੋਂ ਝਲਕਦਾ ਕਿ ਬਹੁਤ ਵੱਡੀ ਇਨਵੈਸਟਮੈਂਟ ਕਰ ਰਹੇ ਨੇ ਜੀ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸੋ ਉਹਨਾਂ ਨੂੰ ਜੀ ਆਇਆਂ ਸਾਡੇ ਵੱਲੋਂ ਸਾਰੀ ਆਰਟਿਸਟ ਕਮਿਊਨਿਟੀ ਵੱਲੋਂ ਸਾਰੀ ਪੰਜਾਬੀ ਇੰਡਸਟਰੀ ਵੱਲੋਂ ਔਰ ਸਾਡੀ ਇਹ ਲੁਕਣ ਮੀਚੀ ਫਿਲਮ ਜਿਹੜੀ ਡਾਇਰੈਕਟ ਕਰਨਗੇ ਜੀ ਮਿਸਟਰ ਐਮ ਹੁੰਦਲ ਔਰ ਪ੍ਰੋਡਿਊਸ ਅਵਤਾਰ ਸਿੰਘ ਬਾਲ ਜੀ ਔਰ ਵਿਕਰਮ ਬਾਲ ਜੀ
ਬਾਕੀ ਦੀਆਂ ਜਿਹੜੀਆਂ ਤੁਹਾਡੇ ਸਵਾਲ ਨੇ ਉਹ ਨਾਲ ਨਾਲ ਜਿੱਦਾਂ ਜਿੱਦਾਂ ਤੁਸੀਂ ਕੁਐਸਚਨ ਕਰਦੇ ਜਾਓਗੇ ਉਹਨਾਂ ਦੇ ਆਂਸਰ ਸਾਨੂੰ ਦਿੰਦੇ ਜਾਵਾਂਗੇ। ਸੋ ਮੈਂ ਕਹਾਂਗਾ ਅਵਤਾਰ ਸਿੰਘ ਜੀ ਬਾਲ ਜੀ ਨੂੰ ਕਿ ਉਹ ਵੀ ਆਪਣੇ ਵਿਚਾਰ ਸਾਂਝੇ ਕਰਨ ਤੁਹਾਡੇ ਨਾਲ ਤੋਂ ਚੱਲ ਰਹੇ।